ਇੱਕ ਹਰਮਨ ਪਿਆਰੀ ਸ਼ਖਸੀਅਤ ਇੰਦਰਪ੍ਰੀਤ ਸਿੰਘ ਚੱਜ ਤੇ ਉਸ ਦਾ ਦੋਸਤ ਮਨਜੀਤ ਸਿੰਘ ਬੀਤੇ ਦਿਨੀ ਪਰਮਾਤਮਾ ਪਾਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇੰਦਰਪ੍ਰੀਤ ਸਿੰਘ ਚੱਜ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਭਤੀਜੀ ਗੁਰਲੀਨ ਕੌਰ, ਭਤੀਜਾ ਸਹਿਜ ਸਿੰਘ ਚੱਜ ਤੇ ਸਮੂਹ ਚੱਜ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਿੰਡ ਬਾੜੇਵਾਲ ਅਵਾਨਾ ਵਾਰਡ ਨੰਬਰ 58 ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਤੇ ਰਾਗੀ ਸਿੰਘਾਂ ਵੱਲੋਂ ਵਿਰਾਗਮੇ ਕੀਰਤਨ ਵੀ ਕੀਤਾ ਗਿਆ। ਮਾਤਾ ਦੇ ਨਾਮ ਦੀ ਜੈ।